ਹਲਕਾ ਸੁਲਤਾਨਪੁਰ ਲੋਧੀ, ਇੱਕ ਪੰਥਕ ਹਲਕਾ ਹੈ, ਗੁਰੂ ਦੀ ਨਗਰੀ ਹੈ। ਅੱਜ ਜਿਹੜੀ ਲੜਾਈ ਆਪਾਂ ਲੜ ਰਹੇ ਹਾਂ, ਇੱਕ ਪਾਸੇ ਪੰਥ ਹੈ, ਖਾਲਸਾ ਕੌਮ ਦੀ ਫੌਜ ਅਕਾਲੀ ਦਲ ਹੈ, ਜਿਹੜੀ ਪੰਜਾਬ ਦੀ ਕਿਸਾਨੀ ਦੀ ਗਰੀਬ ਦੀ ਅਕਾਲ ਤਖਤ ਸਾਹਿਬ ਤੇ ਬੰਬ ਸਿੱਟੇ, ਫਿਰ ਵੀ ਸੁਲਤਾਨਪੁਰ ਲੋਧੀ ਤੋਂ ਜਿੱਤੇ। ਜਿਹੜੀ ਪਾਰਟੀ ਦੇ ਲੀਡਰਾਂ ਨੇ 40 ਸਾਲ ਪਹਿਲੇ ਕਾਨਪੁਰ ਹੋਏ, ਦਿੱਲੀ ਹੋਏ, ਨਾਗਪੁਰ ਹੋਏ, ਬੁਖਾਰੋ ਹੋਏ, ਕਲਕੱਤਾ ਹੋਏ, ਜਿੱਥੇ ਸਿੱਖ ਭੈਣ ਭਰਾ ਦਿਖਦਾ ਸੀ ਉਹਨੂੰ ਅੱਗ ਲਾ ਦਿੰਦੇ ਸੀ। ਇੱਕ ਵੀ ਬੰਦਾ ਫੜਿਆ ਨਹੀਂ ਅੱਜ ਤੱਕ 40 ਸਾਲ ਚ। ਉਸ ਪਾਰਟੀ ਨੂੰ ਵੋਟਾਂ ਪਾ ਦਿੰਦੇ ਹਾਂ। 84 ਵਿੱਚ ਕਤਲੇਆਮ ਹੋਇਆ, 85 ਵਿੱਚ ਪੰਜਾਬ ਦੇ ਅਸੈਂਬਲੀ ਇਲੈਕਸ਼ਨ ਸੀ, 35 ਸੀਟਾਂ ਪੰਜਾਬ ਕਾਂਗਰਸ ਜਿੱਤ ਗਈ, ਜਿੱਥੇ ਸਾਰਿਆਂ ਦੀਆਂ ਜਮਾਨ ਜ਼ਬਤਾਂ ਹੋਣੀਆਂ ਚਾਹੀਦੀਆਂ। ਚਲੋ ਆਪਾਂ ਕਤਲੇਆਮ ਭੁੱਲ ਜਾਂਦੇ ਹਾਂ, ਆਪਾਂ ਦਰਬਾਰ ਸਾਹਿਬ ਦਾ ਅਟੈਕ ਭੁੱਲ ਜਾਂਦੇ ਹਾਂ। ਤੁਸੀਂ ਕੱਲ ਤਾਂ ਦੱਸੋ, 10 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ, ਇੱਕ ਨਿਸ਼ਾਨੀ ਦੱਸ ਦਿਓ, ਇੱਕ ਚੀਜ਼ ਕੰਮ ਕਰਦੇ ਨਹੀਂ। ਗੁਰੂ ਘਰ ਢਾਤੇ, ਬੰਦੇ ਮਾਰਤੇ ਤੇ ਫਿਰ ਵੀ ਵੋਟਾਂ ਪਾਉਣੀਆਂ, ਮੈਂ ਕਹਿੰਦਾ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦਾ। ਜਿਹੜਾ ਬੰਦਾ ਪਾਊਗਾ ਸਹੀ ਮਿੰਟ ਤੇ ਕੌਮ ਦਾ ਗੱਦਾਰ ਹੈ, ਮੈਂ ਤਾਂ ਸ਼ਰੇਆਮ ਕਹਿੰਦਾ। ਹੁਣ ਦੂਜੇ ਪਾਸੇ ਆ ਗਏ ਝਾੜੂ ਵਾਲੇ, ਤੁਸੀਂ ਇਹਨਾਂ ਦੇ ਉਮੀਦਵਾਰ ਦੇਖੇ ਹੈ, 92 ਜਿਤਾ ਤੇ ਕੱਲੇ ਕੰਧਾਂ ਤੇ ਲਿਖਿਆ ਸੀ ਇੱਕ ਮੌਕਾ ਝਾੜੂ ਨੂੰ ਦੇ ਦਿਓ ਤੇ ਸਾਰੇ ਮਗਰ ਪੈ ਗਏ ਝਾੜੂ ਝਾੜੂ ਝਾੜੂ। 3 ਸਾਲ ਬਰਬਾਦ ਕਰਤੇ ਆਪਣੇ। ਲੀਡਰ ਇੱਕ ਰਾਜ ਨਹੀਂ ਬਣਦਾ,
ਆ ਤੁਸੀਂ ਤਜਰਬਾ ਹੀ ਕਰ ਲਿਆ ਉਹ ਸ਼ਰਾਬੀ ਨੂੰ ਬਣਾ ਕੇ, ਇੱਕ ਰਾਛ ਬਣਾਤਾ, ਇੱਕ ਚੁਟਕਲੇ ਸੁਣਾਉਣ ਵਾਲੇ ਨੂੰ ਮੁੱਖ ਮੰਤਰੀ ਬਣਾਤਾ, ਹੁਣ ਲੱਭਦਾ ਲੀਡਰ ਬਣਦਾ ਜਿਹੜਾ ਅੱਗ ਵਿੱਚੋਂ ਨਿਕਲੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ 70 ਸਾਲ ਜ਼ਿੰਦਗੀ ਦੀ ਉਹਨਾਂ ਨੇ ਸੇਵਾ ਕੀਤੀ, 16 ਸਾਲ ਜੇਲ੍ਹਾਂ ਕੱਟੀਆਂ, ਮੋਰਚੇ ਲਾਏ, ਡਾਂਗਾਂ ਖਾਧੀਆਂ, ਧੁੱਪ ਚ ਬੈਠੇ, ਹਨੇਰੀ ਦਾ ਸਾਹਮਣਾ ਕੀਤਾ, ਤੁਹਾਡੇ ਨਾਲ ਡਟ ਕੇ ਖੜੇ ਰਹੇ, ਘਰ ਘਰ ਤੁਹਾਡੇ ਨਾਲ ਰਹੇ, ਤਾਂ ਜਾ ਕੇ ਉਹ ਮੁੱਖ ਮੰਤਰੀ ਬਣੇ। ਆਪਾਂ ਪਛਾਣਦੇ ਹੀ ਨਹੀਂ ਆਪਣੀ ਲੀਡਰਸ਼ਿਪ ਕੌਣ ਹੈ। ਤੇ ਤੁਸੀਂ ਆਪਣੀ ਫੌਜ, ਆਪਣੀ ਤਾਕਤ ਅਕਾਲੀ ਦਲ ਨੂੰ ਕਮਜ਼ੋਰ ਕਰਤਾ, ਤੇ ਉਹਦਾ ਨੁਕਸਾਨ ਕੀ ਹੋਇਆ? ਅੱਜ ਤਖ਼ਤ ਹਜ਼ੂਰ ਸਾਹਿਬ ਤੇ ਆਰਐਸਐਸ ਕਾਬਜ਼ ਹੋ ਗਈ ਹੈ, ਤਖ਼ਤ ਪਟਨਾ ਸਾਹਿਬ ਤੇ ਕੰਟਰੋਲ ਆਰਐਸਐਸ ਦਾ ਹੋ ਗਿਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਪੂਰਾ ਕਮਜ਼ੋਰ ਕੰਟਰੋਲ ਕਰ ਲਿਆ, ਤੇ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਕਰਤੀ, ਉੱਥੇ ਦਾਦੂਵਾਲ ਵਰਗੇ ਆਰਐਸਐਸ ਦੇ ਬੰਦਿਆਂ ਨੂੰ ਬਿਠਾਤਾ। ਫਿਰ ਕਦੋਂ ਜਾਗੋਗੇ? ਕਦੋਂ ਤੁਸੀਂ ਉੱਠੋਗੇ? ਨੀਂਦ ਤੋਂ ਸੁੱਤੇ ਪਏ ਕਦੋਂ ਉੱਠੋਗੇ? ਜਿਹੜੇ ਮੁਲਕ ਦੀ ਫੌਜ ਕਮਜ਼ੋਰ ਹੈ, ਜਿਹੜਾ ਆਉਂਦਾ ਉਸ ਮੁਲਕ ਨੂੰ ਕੁੱਟ ਦਿੰਦਾ। ਅਕਾਲੀ ਦਲ ਤੁਹਾਡੀ ਫੌਜ ਸੀ, ਅਸੀਂ ਜਦੋਂ ਕਮੇਟੀ ਤੋੜੀ, ਅਸੀਂ ਸੰਗਤ ਨੂੰ ਬੇਨਤੀ ਕੀਤੀ ਆਓ ਸਾਡੇ ਨਾਲ ਲੱਗੋ, ਕੋਈ ਆਉਣ ਨੂੰ ਤਿਆਰ ਹੀ ਨਹੀਂ, ਡਰਦੇ ਬੈਠੇ। ਆਹ ਕੌਮ ਤਾਂ ਨਹੀਂ ਸੀ ਜਿਹੜੀ ਗੁਰੂ ਸਾਹਿਬ ਨੇ ਬਣਾਈ ਸੀ। ਜਾਗੋ, ਹੁਣ ਤੂੰ ਵੱਡੀ ਗੱਲ ਹੈ, ਇੱਥੇ ਕਿਸਾਨ ਵੀਰ ਬੈਠੇ ਹੈ, ਮੈਨੂੰ ਦੱਸੋ ਤੁਹਾਡੇ ਖੇਤੀ ਟਿਊਬਵੈੱਲਾਂ ਨਾ ਹੁੰਦੀ ਹੈ? ਤੁਹਾਡੇ ਹੱਥ ਕੜੇ ਕਰੋ, ਸਾਰਿਆਂ ਕੋਲ ਟਿਊਬਵੈੱਲ ਹੋਣੇ ਆ, ਹੈਂ? ਸਾਰੇ ਟਿਊਬਵੈੱਲ ਬਾਦਲ ਸਾਹਿਬ ਨੇ ਦਿੱਤੇ ਆ ਕਨੈਕਸ਼ਨ ਸਾਰੇ, ਉਹਦੇ ਵਿੱਚ ਮੁਫ਼ਤ ਬਿਜਲੀ ਦਿੱਤੀ ਤੁਹਾਨੂੰ, ਉਹਦੇ ਬਾਅਦ ਤੁਹਾਡੇ ਖਾਲੇ ਬਣਾਏ ਪੰਜਾਬ ਚ, ਕੱਸੀਆਂ ਕੱਢੀਆਂ, ਨਹਿਰਾਂ ਕੱਢੀਆਂ, ਅੰਡਰਗਰਾਊਂਡ ਪਾਈਪ ਨਹੀਂ ਪਾਣੀ ਦਿੱਤਾ, ਤੇ ਸਾਰੀਆਂ ਮੰਡੀਆਂ ਬਣਾਉਣ ਵਾਲੇ ਬਾਦਲ ਸਾਹਿਬ ਹੈ ਅਕਾਲੀ ਸਰਕਾਰ। ਹੋਰ ਖੇਤੀ ਵਾਸਤੇ ਕੀ ਕਰ ਸਕਦੇ ਹੈ? ਅੱਜ ਰੁਲਦੀਆਂ ਫਿਰਦੀਆਂ ਫਸਲਾਂ ਕੋਈ ਪੁੱਛਣ ਵਾਲਾ ਨਹੀਂ, ਕਣਕਾਂ ਖਰਾਬ ਹੋ ਗਈਆਂ ਗੜੇ ਨਾਲ, ਕੋਈ ਮੁਆਵਜ਼ਾ ਪੁੱਛਣ ਵਾਲਾ ਨਹੀਂ, ਹੜਾਂ ਨਾਲ ਤਬਾਹੀ ਹੋ ਗਈ, 1 ਰੁਪਿਆ ਮੁਆਵਜ਼ਾ ਨਹੀਂ ਆਇਆ, ਕੋਈ ਸਰਕਾਰ ਹੀ ਹੈ ਨਹੀਂ, ਕੋਈ ਪੁੱਛਣ ਵਾਲਾ ਨਹੀਂ ਹੈ। ਤੁਹਾਡੀਆਂ ਮੰਡੀਆਂ ਭਰੀਆਂ ਪਈਆਂ, ਬੁਰਾ ਹਾਲ ਹੈ। ਆ ਗਰੀਬ, ਆ ਬੀਬੀਆਂ ਬੈਠੀਆਂ, ਬੀਬੀਆਂ ਨੂੰ ਆਟਾ ਦਾਲ ਦੇਣ ਵਾਲਾ ਬਾਦਲ ਸਾਹਿਬ ਸੀ, ਹਰ ਮਹੀਨੇ ਆਉਂਦਾ ਸੀ ਸ਼ਗਨ ਪੈਨਸ਼ਨ ਦੇਣ ਵਾਲੇ ਬਾਦਲ ਸਾਹਿਬ ਸੀ, 200 ਬਿਜਲੀ ਦੇ ਮਾਫ਼ ਸੀ, ਲੜਕੀਆਂ ਨੂੰ ਸਾਈਕਲ ਦਿੰਦੇ ਸੀ, ਅੱਜ ਸਾਰਾ ਕੁਝ ਬੰਦ ਹੈ, ਕੋਈ ਬੋਲਦਾ ਨਹੀਂ। ਆਪਾਂ ਤਜਰਬਾ ਕਰਨ ਨੂੰ ਫਿਰਦੇ ਹਾਂ, ਜਿਹੜਾ ਆਉਂਦਾ ਕਹਿੰਦਾ ਮੈਨੂੰ ਮੌਕਾ ਦੇ ਦਿਓ, ਅੱਛਾ ਚੱਲ ਤੂੰ ਵੀ ਲੈ ਲਾ ਮੌਕਾ। ਯਾਰ ਆਪਣੇ ਤੋਂ ਸਿਆਣੇ ਗੁਜਰਾਤੀ ਹੈ, 35 ਸਾਲ ਹੋ ਗਏ ਮੋਦੀ ਤੋਂ ਬਗੈਰ ਵੋਟ ਨਹੀਂ ਪਾਉਂਦੇ, ਉਹਨਾਂ ਨੂੰ ਪਤਾ ਗੁਜਰਾਤ ਨੂੰ ਸਾਰਾ ਕੁਝ ਦੇਣ ਵਾਲਾ ਮੋਦੀ ਹੈ, ਕਿਸੇ ਦੀ ਲੋੜ ਹੀ ਨਹੀਂ। ਇੱਥੇ ਤੁਹਾਨੂੰ ਸਾਰਾ ਕੁਝ ਦੇਣ ਵਾਲਾ, ਬਣਾਉਣ ਵਾਲਾ, ਲੜਾਈ ਲੜਨ ਵਾਲਾ ਅਕਾਲੀ ਦਲ ਹੈ, ਪਰ ਆਪਾਂ ਅਕਾਲੀ ਦਲ ਨੂੰ ਖਤਮ ਕਰਨ ਤੇ ਲੱਗੇ। ਜਿਹੜਾ ਆਉਂਦਾ
ਕਹਿੰਦਾ ਕਿ ਮੈਂ ਪੰਥ ਹੈ, ਜਿਹੜਾ ਆਉਂਦਾ ਕਹਿੰਦਾ ਮੈਂ ਪੰਥ ਹੈ। ਚੋਲੇ ਪਾਉਣ ਨਾਲ, ਗੋਲ ਪੱਗ ਬੰਨ ਨਾਲ ਪੰਥ ਨਹੀਂ ਬਣ ਜਾਂਦਾ। ਆ ਦਾਦੂ ਵਾਲ ਵੀ ਕਹਿੰਦਾ ਸੀ ਮੈਂ ਪੰਥ ਹੈ, ਮੰਡ ਵੀ ਕਹਿੰਦਾ ਸੀ ਮੈਂ ਪੰਥ ਹੈ। ਆ ਭਾਈ ਮੋਕਮ ਸਿੰਘ ਦੀ ਸ਼ਕਲ ਦੇਖ ਲਓ, ਤੁਸੀਂ ਕਹੋਗੇ ਪੰਥ ਹੈ, ਹੈ ਕਿੱਥੇ? ਆਰਐਸਐਸ, ਆਰਐਸਐਸ ਫਿਰ ਪਛਾਣਦੇ ਨਹੀਂ। ਜਿਹੜੇ ਪੰਥ ਹੈ, ਜਿਹੜੀ ਪੰਥੀ ਫੌਜ ਅਕਾਲੀ ਦਲ ਹੈ, ਉਹਨੂੰ ਆਪਾਂ ਪੰਥ ਮੰਨਦੇ ਨਹੀਂ। ਆ ਜਿੰਨੇ ਆ ਤਾਕਤਾਂ ਨਿਸ਼ਾਨਾ ਹੈ ਕਿ ਤੁਹਾਨੂੰ ਖਤਮ ਕਰ ਦਿਓ, ਅਕਾਲੀ ਦਲ ਨੂੰ ਖਤਮ ਕਰ ਦਿਓ। ਤੁਸੀਂ ਆ ਜਿਹੜੇ ਲੋਕ ਹੈ, ਕਿਤੇ ਕਾਂਗਰਸ ਦੇ ਖਿਲਾਫ਼, ਬੀਜੇਪੀ ਦੇ ਖਿਲਾਫ਼, ਆਮ ਆਦਮੀ ਫਲਾਦ ਬੋਲਦੇ ਨਹੀਂ ਸੁਣੋਗੇ, ਇਕੱਲੇ ਅਕਾਲੀ ਦਲ ਦੇ ਖਿਲਾਫ਼, ਬਾਦਲ ਪਰਿਵਾਰ ਦੇ ਖਿਲਾਫ਼, ਮੇਰੇ ਖਿਲਾਫ਼ ਜੋ ਮਰਜ਼ੀ ਬੋਲੀ ਜਾਣ, ਪਰ ਅਕਾਲੀ ਦਲ ਦੇ ਖਿਲਾਫ਼ ਨਾ ਬੋਲੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਸਰਮੋਚ ਜਥੇਬੰਦੀ, ਉਹਦੇ ਖਿਲਾਫ਼ ਨਾ ਬੋਲੋ। ਮੇਰੇ ਖਿਲਾਫ਼ ਜੋ ਮਰਜ਼ੀ ਬੋਲੋ, ਪਰ ਨਿਸ਼ਾਨਾ ਇੱਕੋ ਇੱਕ ਹੈ, ਬਦਨਾਮ ਕਰਨਾ। ਹੁਣ ਮੈਂ ਪੁੱਛਣਾ ਚਾਹੁੰਦਾ ਸਾਰਿਆਂ ਨੂੰ, ਮੈਂ ਕਿਸੇ ਦੇ ਖਿਲਾਫ ਨਹੀਂ, ਮੇਰੀ ਮਨ ਕਿਸੇ ਦੇ ਖਿਲਾਫ ਨਹੀਂ, ਮੈਂ ਸਤਿਕਾਰ ਸਾਰਿਆਂ ਦਾ ਕਰਦਾ, ਪਰ ਮੇਰੇ ਮਨ ਚ ਸਵਾਲ ਹੈ। ਭਾਈ ਅੰਮ੍ਰਿਤਪਾਲ ਜੀ ਜ਼ਿਆਦਾ ਵੱਡਾ ਪੰਥ ਹੈ ਕਿ ਅਕਾਲੀ ਦਲ ਜ਼ਿਆਦਾ ਵੱਡਾ ਪੰਥ ਹੈ? ਸਵਾਲ ਹੈ, ਪੁੱਛੋ। 2 ਸਾਲ ਪਹਿਲੇ ਕਿੱਥੋਂ ਆਇਆ ਕਿਸੇ ਨੂੰ ਪਤਾ ਹੈ? ਕੀ ਕਰਦਾ ਸੀ ਪਤਾ ਹੈ? ਬਾਲ ਕੱਟੇ ਸੀ, ਜੀਨਾ ਪਾਉਂਦੇ ਸੀ, ਇੱਕਦਮ ਜਹਾਜ਼ ਤੋਂ ਆਉਂਦੇ ਹੈ, ਚੋਲਾ ਪਾ ਲੈਂਦੇ ਆ, ਅੰਮ੍ਰਿਤ ਛਕ ਲੈਂਦੇ ਆ, ਖਾਲਿਸਤਾਨ ਦਾ ਨਾਰਾ ਦੇ ਦਿੰਦੇ ਆ, ਕੋਈ ਨਹੀਂ ਫੜਦਾ, ਕੋਈ ਨਹੀਂ ਕਰਦਾ। ਹੁਣ ਕੱਲ ਦੱਸੋ, ਏਜੰਸੀਆਂ ਨੂੰ ਪਤਾ ਨਹੀਂ ਕੌਣ ਆ ਰਿਹਾ, ਕਿਵੇਂ ਆ ਰਿਹਾ, ਕਿਸ ਵਾਸਤੇ ਆ ਰਿਹਾ? ਮੈਂ ਸਵਾਲ ਪੁੱਛਣਾ ਚਾਹੁੰਦਾ। ਤੇ ਜਦੋਂ ਲੋੜ ਪਈ ਲੈ ਜਾਂਦੇ ਆ, ਚਲੋ ਕੁਛ ਵੀ। ਮੈਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਯਾਰ, ਆਪਣਾ ਵਕੀਲ, ਵਕੀਲ ਕੌਣ ਹੁੰਦਾ ਜਿਹੜਾ ਤੁਹਾਡਾ ਬੜਾ ਕਲੋਜ਼ ਹੁੰਦਾ? ਹੁਣ ਭਾਈ ਸਾਹਿਬ ਦਾ ਵਕੀਲ ਜਿਹੜਾ ਲੜ ਰਿਹਾ ਉਹਨਾਂ ਦੇ ਇਲੈਕਸ਼ਨ ਕੌਣ ਹੈ? ਕੀ ਜਿਹਨੇ ਨਾਂ ਹਰ ਰੋਜ਼ ਅਖਬਾਰ ਚ ਪੜ੍ਹ ਲਓ? ਉਹ ਆਪਾਂ ਰਾਜਦੇਵ ਸਿੰਘ ਬਰਨਾਲਾ ਕੌਣ ਹੈ? ਤੁਸੀਂ ਹੁਣੀ ਜਾ ਕੇ ਗੂਗਲ ਕਰਕੇ ਦੇਖ ਲਿਓ, ਮਾਲਵਾ ਜ਼ੋਨ ਪੰਜਾਬ ਦਾ ਆਰਐਸਐਸ ਦਾ ਨੰਬਰ 1 ਲੀਡਰ ਹੈ, ਆਰਐਸਐਸ ਦਾ, ਉਹ ਉਹਨਾਂ ਦਾ ਵਕੀਲ ਹੈ। ਕੋਈ ਬੰਦਾ ਆਰਐਸਐਸ ਦਾ ਵਕੀਲ ਕਰੂਗਾ? ਹੁਣ ਇੱਕ ਗੱਲ ਦੱਸੋ, ਇੱਥੇ ਬਜ਼ੁਰਗ ਹੋਣੇ ਜਿਹੜੇ ਬਾਦਲ ਸਾਹਿਬ ਨੇ ਜੇਲ੍ਹਾਂ ਕੱਟੀਆਂ, ਕੋਈ ਹੈ ਬਾਦਲ ਸਾਹਿਬ ਨਾਲ? ਤੁਸੀਂ ਜਦੋਂ ਮੋਰਚਾ ਲਾਉਂਦੇ ਸੀ, ਬਾਦਲ ਸਾਹਿਬ ਜਾਂਦੇ ਸੀ ਕਿਤੇ, ਤੁਸੀਂ ਤੁਹਾਨੂੰ ਪਤਾ ਸੀ ਕਿੰਨੇ ਸਾਲ ਰੱਖਣਾ? ਪਤਾ ਨਹੀਂ 6 ਮਹੀਨੇ ਰੱਖਣਗੇ, ਸਾਲ ਰੱਖਣਗੇ, 3 ਸਾਲ ਰੱਖਣਗੇ। ਵੱਡੇ ਬਾਦਲ ਸਾਹਿਬ 16 ਸਾਲ ਜੇਲ੍ਹ ਕੱਢੀ ਹੈ, ਐਨਐਸਏ ਚ 16 ਸਾਲ, ਕਿਤੇ 3 ਸਾਲ, ਕਿਤੇ 4 ਸਾਲ, ਇੱਥੇ ਵੀ ਨਹੀਂ, ਕੋਇੰਬਟੂਰ ਦੀ ਜੇਲ੍ਹ ਚ, ਨਾਗਾਲੈਂਡ ਦੀ ਜੇਲ੍ਹ ਚ, ਮੱਧਿਆ ਪ੍ਰਦੇਸ਼ ਜੇਲ੍ਹ ਚ। ਬਾਦਲ ਸਾਹਿਬ ਨੇ ਤਾਂ ਕਿਤੇ ਨਹੀਂ ਕਿਹਾ ਮੈਨੂੰ ਛੱਡ ਦਿਓ, ਮੈਂ ਤੇ ਮੇਰੀ ਮਾਤਾ ਜੀ ਨੇ ਰੱਖੇ ਤੇ ਧਰਨੇ ਦਿੱਤੇ ਕਿ ਸਾਨੂੰ ਮੇਰੇ ਬਾਪ ਨੂੰ ਛੱਡ ਦਿਓ। ਲੀਡਰ, ਮੇਰੀ ਭੈਣ ਦਾ ਵਿਆਹ ਸੀ, ਅਫਸਰ ਕਹਿੰਦੇ, ਬਾਦਲ ਸਾਹਿਬ ਸਰਕਾਰ ਕਹਿੰਦੀ ਕਿ ਤੁਸੀਂ ਚਿੱਠੀ ਲਿਖ ਦਿਓ, ਪ੍ਰੋਬਲਮ ਲੈ ਲਓ, ਅਸੀਂ ਦੇ ਦਾਂਗੇ। ਬਾਦਲ ਸਾਹਿਬ ਕਹਿੰਦੇ ਅਕਾਲੀ ਦਲ ਵਿੱਚ ਕੋਈ ਪ੍ਰੋਲ ਨਹੀਂ ਮੰਗਦਾ ਹੁੰਦਾ,
ਤੇ ਜ਼ਮਾਨਤ ਨਹੀਂ ਮੰਗਦਾ ਹੁੰਦਾ। ਅਸੀਂ ਲੀਡਰ ਕੌਮ ਦੀ ਅਗਵਾਈ ਕਰ ਰਹੇ ਹਾਂ। ਮੈਨੂੰ ਮੇਰੇ ਵਿਆਹ ਬੇਟੀ ਦਾ ਵਿਆਹ ਸੰਗਤ ਕਰੂਗੀ ਇੱਥੇ। ਕਹਿੰਦੇ ਸਾਲ ਹੋਇਆ ਨਹੀਂ, ਕਿਉਂ ਰੱਖਿਆ ਜੀ ਇੱਥੇ, ਕਿਉਂ ਰੱਖਿਆ? ਲੀਡਰ ਕੌਣ ਹੈ, ਪਾਰਟੀ ਕੌਣ ਹੈ? ਹੁਣ ਵਿਰਸੇ ਨੂੰ ਵੀ ਰੱਖਿਆ ਸੀ, ਪਤਾ ਨਹੀਂ ਕਿੰਨੇ ਸਾਲ, 10 ਸਾਲ ਬੇੜੀਆਂ ਪਾ ਕੇ ਰੱਖਿਆ ਸੀ। ਹੁਣ ਆ ਜ਼ਿਆਦਾ ਪੰਥਕ ਹੈ ਕਿ ਜਿਹੜਾ ਜਿਹਨੂੰ ਪਤਾ ਹੀ ਨਹੀਂ। ਅੱਛਾ, ਤੁਹਾਨੂੰ ਆ ਵੀ ਗਰੰਟੀ ਨਹੀਂ ਕਿ 2 ਸਾਲ ਬਾਅਦ ਜਾਊਗਾ ਕਿ ਕਿੱਥੇ ਜਾਊਗਾ, ਜਿਹਨੂੰ ਕੋਈ ਪਤਾ ਹੀ ਨਹੀਂ। ਆਪਾਂ ਜਿਹੜੇ ਤੁਹਾਡੀ ਕੌਮ ਦੀ ਜਥੇਬੰਦੀ ਹੈ, ਜਿਹੜੀ ਤੁਹਾਡੀ ਆਪਣੀ ਹੈ, ਜਿਹਨੂੰ ਤੁਹਾਨੂੰ 103 ਸਾਲ ਦਾ ਇਤਿਹਾਸ ਹੈ, ਤੁਸੀਂ ਇੱਕ ਇੱਕ ਬੰਦੇ ਦਾ ਪਿਛੋਕੜ ਜਾਣਦੇ ਹੋ, ਲੇਚੜ ਦਾ ਜਾਣਦੇ ਹੋ, ਉਹਨੂੰ ਤਾਂ ਆਪਾਂ ਕਹਿੰਦੇ ਪੰਥ ਨਹੀਂ ਹੈ। ਅਕਾਲੀ ਦਲ, ਵੱਡੀ ਗੱਲ ਹੈ, ਅਕਾਲੀ ਦਲ ਬੰਦੀ ਸਿੱਖਾਂ ਦੀ ਲੜਾਈ ਲੜ ਰਹੀ ਹੈ ਛੁਡਾਉਣ ਵਾਸਤੇ। ਬੰਦੀ ਸਿੱਖ ਉਹ ਨਹੀਂ ਜਿਹੜਾ 1 ਸਾਲ ਹੋਏ ਜੇਲ੍ਹ 'ਚ ਰੱਖੇ ਗਏ ਹੈ। ਬੰਦੀ ਸਿੱਖ ਹੈ ਜਿਨ੍ਹਾਂ ਨੇ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜਦੋਂ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕੀਤਾ ਕਾਂਗਰਸ ਨੇ, ਉਹਨਾਂ ਦੇ ਜਜ਼ਬਾਤ ਕਾਬੂ 'ਚ ਨਹੀਂ ਆਏ, ਉਹਨਾਂ ਨੇ ਕੋਈ ਐਕਸ਼ਨ ਲਿੱਤਾ, ਉਹ ਆਪਣੀ ਜੋ ਕੰਮ ਕੀਤਾ ਉਹਦੀ ਉਹ ਸਜ਼ਾ ਨਹੀਂ ਕਟਾਉਣ ਨੂੰ ਕਹਿੰਦੇ। ਉਹ ਕਹਿੰਦੇ ਸਜ਼ਾ ਅਸੀਂ ਲੈ ਲਈ ਹੈ, 18 ਸਾਲ ਸਾਡੇ ਹੋ ਗਏ, ਸਜ਼ਾ ਦੇ ਹੋ ਗਏ ਹੈ, ਪਰ ਸਾਨੂੰ ਤਾਂ 32 ਸਾਲ ਹੋ ਗਏ ਜੇਲ੍ਹ 'ਚ ਰੱਖਿਆ ਨੂੰ। ਅਸੀਂ ਉਹ ਗੱਲ ਕਰ ਰਹੇ ਹਾਂ, ਉਹ ਬੰਦੀ ਸਿੱਖ ਹੈ। ਆਹ ਮੇਰਾ ਵੀਰ ਬੰਦੀ ਸਿੱਖ ਨਹੀਂ ਹੈ, ਉਹ ਜਿਨ੍ਹਾਂ ਨੂੰ 34 ਸਾਲ ਹੋ ਗਏ। ਤੁਹਾਨੂੰ ਇੱਕ ਭਾਈ ਰਾਜਵਾਨਾ ਦੀ ਭੈਣ ਨੂੰ ਅਸੀਂ ਖੜਾ ਕੀਤਾ, ਆਈ ਜਿਹੜੇ ਲੋਕ ਜਿਹੜੇ ਭਾਈ ਸਾਹਿਬ ਦੇ ਨਾਲ ਹੈ, ਅਸੀਂ ਉਹਨਾਂ ਕੋਲੇ ਗਏ, ਮੈਂ ਸਿਮਰਜੀਤ ਸਿੰਘ ਮਾਨ ਕੋਲੇ ਆਪ ਗਿਆ, ਹੱਥ ਜੋੜ ਕੇ ਮੈਂ ਬੇਨਤੀ ਕੀਤੀ, ਮੈਂ ਕਿਹਾ ਬਾਨ ਸਾਹਿਬ ਤੁਸੀਂ ਇਲੈਕਸ਼ਨ ਨਾ ਲੜੋ, ਆਪਾਂ ਇਕੱਠੇ ਹੋ ਕੇ ਭਾਈ ਰਾਜੂਆਨਾ ਦੀ, ਜਿਨ੍ਹਾਂ ਨੇ 28 ਸਾਲ ਜੇਲ੍ਹ 'ਚ ਹੈ, ਉਹਨਾਂ ਦੀ ਭੈਣ ਨੂੰ ਲੜਾ ਦਿੰਦੇ ਹਾਂ। ਉਹ ਕਹਿੰਦਾ ਮੈਂ ਨਹੀਂ, ਮੈਂ ਲੜੂੰਗਾ, ਆਹ ਕੋਈ ਹੈ, ਕੋਈ ਨਹੀਂ ਮਿੱਥੋਂ। ਅਤੇ ਹੁਣ ਕਹਿੰਦੇ ਉਹ ਬੰਦੀ ਸਿੱਖਿਆ ਕਿ ਇਹ ਕੁਰਬਾਨੀ ਹੈ। ਆਹ ਗੱਲਾਂ ਸੋਚਣ ਵਾਲੀਆਂ, ਮੈਂ ਕਿਸੇ ਦੇ ਖਿਲਾਫ ਨਹੀਂ ਹੈ, ਪਰ ਆ ਸਵਾਲ ਹੈ ਜਿਹਦੇ ਜਵਾਬ ਮਿਲਣੇ ਚਾਹੀਦੇ ਹੈ। ਮੈਂ ਪੰਜਾਬ ਦੇ ਮੁੰਡੇ ਨਹੀਂ ਮਰਵਾਉਣੇ, ਮੈਂ ਪੰਜਾਬ ਨੂੰ ਵਾਪਸ ਉਹ ਹਾਲਾਤ 'ਚ ਨਹੀਂ ਲੈ ਕੇ ਜਾਣਾ। ਖਾਲਸਾ ਜੀ ਆਪਣਾ ਘਰ ਹੈ, ਪੰਜਾਬ ਆਪਣਾ ਘਰ ਹੈ। ਆਪਾਂ ਉਹ ਦਿਨ ਵੀ ਦੇਖੇ ਹੈ ਜਦੋਂ ਰਾਤ ਨੂੰ ਬਾਹਰ ਨਹੀਂ ਜਾ ਸਕਦੇ ਸੀ। ਆ ਲੋਕ ਨਾਰੇ ਲਾ ਕੇ ਤੁਹਾਨੂੰ ਅੱਗੇ ਲਾ ਸਕਦੇ ਹੈ, ਜੇ ਲਾਉਣਾ ਅੱਗੇ, ਜਿਹੜੇ ਨਾਰੇ ਲਾ ਕੇ ਤੁਹਾਨੂੰ ਅੱਗੇ ਲਾਉਣਾ ਹੈ ਤੇ ਉਹ ਸਭ ਤੋਂ ਅੱਗੇ ਉਹ ਆਪ ਲੱਗਣ। ਆਪ ਕਹਿੰਦੇ ਆ ਖਾਲਸਾ ਦਾ ਨਾਰਾ ਦੇਤਾ, ਮੈਂ ਕੌਂਸਟੀਟਿਊਸ਼ਨ ਨੂੰ ਨਹੀਂ ਮੰਨਦਾ। ਜਦੋਂ ਪੁਲਿਸ ਆਈ ਭੱਜ ਗਏ ਯਾਰ। ਬਾਦਲ ਸਾਹਿਬ ਜਦੋਂ ਮੋਰਚਾ ਲਾਉਂਦੇ ਸੀ ਥਾਣੇ ਚਲੇ ਜਾਂਦੇ ਸੀ, ਆ ਲਓ ਸਾਨੂੰ ਫੜੋ, ਇੱਥੇ ਤਾਂ ਭੱਜ ਗਏ, ਕੱਪੜੇ ਬਦਲ ਗਏ, ਪਤਾ ਨਹੀਂ ਕਿੱਥੇ ਪੁਲਿਸ ਮਗਰ ਮਗਰ ਜਾਣ ਦਾ ਸਿੱਧੇ ਹੁੰਦੇ ਕਿ ਹਾਂ ਫੜੋ ਨਾ। ਉਹਨਾਂ ਦਾ ਇੱਕ ਸਾਥੀ ਨੂੰ ਜੇ ਥਾਣੇ ਲੈ ਗਏ, ਆਪ ਨਹੀਂ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਗੇ ਢਾਲ ਬਣਾ ਕੇ ਗਏ। ਕੋਈ ਕਰਦਾ ਸਿੱਖ ਅੱਗੇ ਗੁਰੂ ਮਹਾਰਾਜ ਨੂੰ ਢਾਲ ਲੈ ਕੇ ਥਾਣੇ 'ਚ ਲੈ ਕੇ ਜਾਊਗਾ? ਸੋਚੋ ਸੋਚੋ ਕਿ ਆਪਾਂ ਕੌਮ ਨੂੰ ਅਗਵਾਈ ਕੌਣ ਦੇ ਸਕਦਾ ਹੈ, ਜਿਹੜਾ ਕੌਮ ਨੂੰ ਮਰਵਾਏ ਜਾਂ ਕੌਮ ਨੂੰ ਬਚਾਏ। ਖਾਲਸਾ ਜੀ ਛੋੜੇ 2% ਆਬਾਦੀ ਹੈ,
ਮਰਵਾਉਣਾ ਤਾਂ ਇੱਕ ਮਿੰਟ ਦਾ ਕੰਮ ਹੈ, ਸਭ ਤੋਂ ਲੀਡਰ ਉਹ ਸਿਆਣਾ ਜਿਹੜਾ ਬਚਾਊਗਾ। ਹੁਣ ਤੁਹਾਡੇ ਸਾਹਮਣੇ ਇੱਕ ਹੋਰ ਐਗਜ਼ਾਮਪਲ ਦਿੰਦਾ ਹੈ, ਆ ਪੈਲਸਟੀਨ, ਅੱਜ ਕੱਲ੍ਹ ਇਜ਼ਰਾਈਲ ਦਾ ਤੇ ਪੈਲਸਟੀਨ ਦਾ ਰੌਲਾ ਚੱਲ ਰਿਹਾ, ਸਾਰਿਆਂ ਨੂੰ ਪਤਾ ਉਹਦੇ ਬਾਰੇ, ਪਤਾ ਸਾਰਿਆਂ ਨੂੰ। ਹਮਾਸ ਪੈਲਸਟੀਨ ਦੀ ਇੱਕ ਖਾੜਕੂ ਜਥੇਬੰਦੀ ਹੈ ਹਮਾਸ। ਹੁਣ ਉਹਨਾਂ ਨੂੰ ਪਤਾ ਕਿ ਇਜ਼ਰਾਈਲ ਇੰਨੀ ਤਕੜੀ ਹੈ, ਇੱਕ ਮਿੰਟ ਤੁਹਾਨੂੰ ਖਤਮ ਕਰ ਸਕਦੀ ਹੈ। ਹਮਾਸ ਨੇ ਉੱਥੇ ਜਾ ਕੇ ਉਹਨਾਂ ਦੇ ਬੰਦੇ ਮਾਰਤੇ। ਅੱਜ ਕੀ ਹੋਇਆ, ਹਮਾਸ ਵਾਲੇ ਤਾਂ ਤਿੱਤਰ ਹੋ ਗਏ, ਅੰਡਰਗਰਾਊਂਡ ਭੱਜ ਗਏ ਤੇ ਜਿਹੜੀ ਆਮ ਜਨਤਾ ਨੂੰ ਖਤਮ ਕਰਤਾ। ਆਪ ਤਿੱਤਰ ਹੋ ਜਾਣਾ ਤੇ ਸਾਰਿਆਂ ਨੂੰ ਮਰਵਾ ਦੇਣਾ। ਦੇਖੋ ਬਹੁਤ ਦੁੱਖ ਝੇਲੇ ਆਪਾਂ, ਪੰਜਾਬ ਆਪਣਾ ਘਰ ਹੈ, ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ, ਭਾਈਚਾਰਕ ਸਾਂਝ ਰਹੂਗੀ, ਇੱਥੇ ਤਰੱਕੀ ਆਊਗੀ, ਇਨਵੈਸਟਮੈਂਟ ਆਊਗੀ, ਉਹ ਅਕਾਲੀ ਦਲ ਦਾ ਕੰਮ ਹੈ। ਮੈਂ ਇਸ ਪ੍ਰਧਾਨ ਅਕਾਲੀ ਦਲ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਹਾਲਤ ਚ ਇੱਥੇ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿੰਦਾ, ਕਿਤੇ ਹਾਲਤ ਭਾਈਚਾਰਕ ਸਾਂਝ ਨਹੀਂ ਖਤਮ ਹੋਣ ਦਿੰਦਾ। ਆਪਣੇ ਗੁਰੂਆਂ ਤੋਂ ਸਿੱਖੋ, ਨੌਵੇਂ ਪਾਤਸ਼ਾਹ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਦੇ ਦਿੱਤਾ, ਇਹ ਤੋਂ ਵੱਧ ਸੈਕੂਲਰ ਨੇਚਰ ਕੀ ਹੈ ਸਿੱਖ ਕੌਮ ਦੀ। ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ, ਜਜ਼ਬਾਤਾਂ ਚ ਨਾ ਆਓ, ਇੰਨੇ ਸਾਲ ਗਵਾਲੇ, ਆਪਣੀ ਪਾਰਟੀ, ਫੌਜ, ਤੁਹਾਡੀ ਫੌਜ, ਤੁਹਾਡੀ ਆਵਾਜ਼ ਅਕਾਲੀ ਦਲ ਹੈ। ਅਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ, ਅਕਾਲੀ ਦਲ ਤਗੜਾ, ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਤੇ ਅਕਾਲੀ ਦਲ ਨੂੰ ਤਗੜਾ ਕਹੀਏ, ਵਿਰਸੇ ਨੂੰ ਬਣਾਓ MP, ਪਤਾ ਲੱਗ ਜੇ ਕਿ ਪੰਜਾਬ ਦੇ ਲੋਕ ਹੁਣ ਅਮਨ ਸ਼ਾਂਤੀ ਚਾਹੁੰਦੇ ਆ, ਭਾਈਚਾਰਕ ਸਾਂਝ ਚਾਹੁੰਦੇ ਆ, ਪੰਜਾਬ ਦੇ ਲੋਕ ਤਰੱਕੀ ਚਾਹੁੰਦੇ ਆ, ਇਹ ਜੀ ਮਾੜੀ ਹਾਲਤ ਨਹੀਂ ਚਾਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।